ਧਿਆਨ ਨਾਲ ਟਿਕ ਕੇ ਇੱਕ ਬਚਨ ਮੇਰਾ ਸੁਣ ਲਿਓ, ਅਜੋਕੇ ਸਮੇਂ ਬਾਰੇ ਕਰਨ ਲੱਗਾ ਹੈ। ਅੱਜ 22 ਜਨਵਰੀ 2024 ਹੈ, ਸ਼੍ਰੀ ਰਾਮ ਚੰਦਰ ਮਹਾਰਾਜ ਜੀ ਦਾ ਮੰਦਿਰ ਅਯੁੱਧਿਆ ਦੇ ਵਿੱਚ ਜੋ ਬਣਿਆ ਹੈ ਉਹਦਾ ਅੱਜ ਉਦਘਾਟਨ ਹੈ। ਔਰ ਜਿੰਨੇ ਵੀ ਹਿੰਦੂ ਮਤ ਦੇ ਵੀਰ ਨੇ, ਸ਼੍ਰੀ ਰਾਮ ਚੰਦਰ ਮਹਾਰਾਜ ਦੇ ਭਗਤ ਨੇ, ਉਪਾਸ਼ਕ ਨੇ, ਉਹਨਾਂ ਨੂੰ ਵਧਾਈ ਹੈ। ਹੁਣ ਤੁਸੀਂ ਆਖੋਗੇ ਵਧਾਈ ਕਾਹਦੀ, ਮਸਜਿਦ ਢਾ ਕੇ ਮੰਦਿਰ ਬਣਾਇਆ, ਕਦੇ ਲਾਲਾ ਦੌਲਤ ਰਾਏ ਦੀ ਸਵਾਨੇ ਉਮਰੀ ਪੜ੍ਹਿਓ, ਹੋਰ ਪੁਸਤਕਾਂ ਪੜ੍ਹਿਓ ਸਿੱਖ ਜਗਤ ਦੀਆਂ, ਤਕਰੀਬਨ 90% ਜਿੰਨੀਆਂ ਵੀ ਮਸਜਿਦਾਂ ਨੇ ਸਾਰੇ ਮੰਦਿਰ ਢਾ ਕੇ ਹੀ ਬਣਾਈਆਂ ਸਨ। ਸਿੱਧੀ ਜੀ ਗੱਲ ਹੈ ਭਾਈ ਜੀ, ਰਾਜ ਸੀ ਬਾਬਰਕਿਆਂ ਦਾ, ਅਗਲਿਆਂ ਨੇ ਮੰਦਿਰ ਢਾ ਕੇ ਮਸਜਿਦਾਂ ਬਣਾ ਲਈਆਂ। ਹੁਣ ਸਨਾਤਨ ਮਤੀਆਂ ਦਾ ਰਾਜ ਹੈ, ਅਗਲਿਆਂ ਨੇ ਮਸਜਿਦ ਢਾ ਕੇ ਮੰਦਿਰ ਬਣਾ ਲਿਆ। ਸਿੱਖਾਂ ਨੂੰ ਕੋਈ ਬਹੁਤੀ ਇਹਦੇ ਤੋਂ ਤਕਲੀਫ ਨਹੀਂ ਆਉਣੀ ਚਾਹੀਦੀ, ਪਰ ਲਾਲਾ ਦੌਲਤ ਰਾਏ ਕਹਿੰਦੇ ਨੇ ਮੁਗਲੀਆ ਸਲਤਨਤ ਦੇ ਇਤਿਹਾਸ ਦਾ ਕੱਲਾ ਕੱਲਾ ਵਰਕਾ ਹਿੰਦੂ ਵੀਰਾਂ ਦੇ ਲਹੂ ਦੇ ਕਤਰੇ ਨਾਲ ਭਰਿਆ ਹੈ। ਜੇ ਇਹਨਾਂ ਨੂੰ ਨਜ਼ਾਤ ਮਿਲੀ ਹੈ, ਮੁਕਤੀ ਮਿਲੀ ਹੈ, ਜੇ ਅੱਜ ਦੁਨੀਆ ਵਿੱਚ ਮੰਦਿਰ ਨੇ, ਗਾਇਤਰੀ ਮੰਤਰ ਹੈ, ਤੇ ਇਹ ਗੁਰੂ ਗੋਬਿੰਦ ਸਿੰਘ ਦੀ ਦੇਣ ਹੈ। ਬੁੱਲੇ ਸ਼ਾਹ ਨੇ ਵੀ ਇਹ ਗੱਲ ਸਾਫ਼ ਕੀਤੀ ਹੈ। ਬੁੱਲੇ ਸ਼ਾਹ ਕਹਿੰਦਾ, ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ, ਨਾ ਮੰਦਿਰ ਹੁੰਦਾ, ਨਾ ਗਾਇਤਰੀ ਹੁੰਦੀ, ਨਾ ਹਰਦੁਆਰ ਹੁੰਦਾ, ਨਾ ਗੁਰਦੁਆਰਾ ਹੁੰਦਾ, ਨਾ ਆਸਾ ਦੀ ਵਾਰ ਹੁੰਦੀ, ਇਸ ਰੂਹੇ ਜ਼ਮੀਨ ਤੇ ਮਸਜਿਦਾਂ ਹੁੰਦੀਆਂ ਤੇ ਬਾਂਗ ਹੁੰਦੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਰਕੇ ਹੀ ਇਹ ਮੰਦਿਰ ਬਚੇ ਨੇ। ਔਰ ਯਾਦ ਰੱਖਿਓ, ਅਸੀਂ ਸਾਰੇ ਧਰਮ ਦੇ ਮਹਾਂਪੁਰਸ਼ਾਂ ਦਾ ਅਦਬ ਕਰਦੇ ਹਾਂ, ਇਸੇ ਕਰਕੇ ਮੈਂ ਵਧਾਈ ਦਿੱਤੀ ਹੈ। ਸਾਡਾ ਇੱਕ ਲੇਖਾ ਜੋਖਾ ਰਹਿੰਦਾ ਹੈ ਸਨਾਤਨ ਮਤੀਆਂ ਦੇ ਨਾਲ ਅੱਜ ਕੱਲ੍ਹ ਦਾ। ਜਦੋਂ ਮੁਗਲੀਆ ਸਲਤਨਤ ਦਾ ਰਾਜ ਪੁੱਟਿਆ ਸੀ ਨਾ, ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਏ, ਉਹਨਾਂ ਦਿੱਲੀ ਵਿੱਚ ਖਾਲਸਾਈ ਨਿਸ਼ਾਨ ਸਾਹਿਬ ਚਲਾਇਆ ਸੀ, ਉਹਦੇ ਥੋੜੇ ਸਮੇਂ ਬਾਅਦ ਦੁਨੀਆ ਦਾ ਸਭ ਤੋਂ ਮਹਾਨ ਰਾਜ ਕਾਇਮ ਹੋਇਆ ਸਿੱਖ ਹੋਮਲੈਂਡ। ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਿਹੜਾ ਤਿੱਬਤ ਕਾਬਲ ਕੰਧਾਰ ਤੱਕ ਸਤਲੁਜ ਤਾਈਂ ਫੈਲਿਆ ਸੀ, ਔਰ ਜਿਹੜੇ ਮੰਦਿਰ ਢਾਏ ਗਏ ਸਨ ਮੁਗਲੀਆ ਸਲਤਨਤ ਵੱਲੋਂ, ਮਹਾਰਾਜਾ ਰਣਜੀਤ ਸਿੰਘ ਨੇ ਸੁਲਾ ਕੁਲ ਹੋ ਕਰਕੇ ਜਿੱਥੇ ਗੁਰਦੁਆਰਿਆਂ ਦੀ ਉਸਾਰੀ ਕੀਤੀ, ਉੱਥੇ ਮੰਦਿਰਾਂ ਨੂੰ ਵੀ ਸੋਨਾ ਦਿੱਤਾ, ਹਿੰਦੂ ਵੀਰਾਂ ਨਾਲ ਹੋਏ ਧੱਕੇ ਦਾ ਹਿਸਾਬ ਕਿਤਾਬ ਵੀ ਕੀਤਾ ਤੇ ਮਸਜਿਦਾਂ ਵੀ ਬਣਵਾਈਆਂ। ਤਕਰੀਬਨ 1 ਟਨ ਸੋਨਾ ਜਿਹੜਾ ਹੈ ਕਾਸ਼ੀ ਵਿਸ਼ਵਨਾਥ ਦੇ ਮੰਦਿਰ ਤੇ ਲਵਾਇਆ। ਇਹਨੂੰ ਬਾਣੀ ਕੀ ਆਉਂਦੀ ਹੈ, ਪੈ ਕੋਈ ਨਾ ਕਿਸੇ ਰਣਾਵ ਦਾ, ਸਭ ਸੁਖਾਲੀ ਬੁੱਠੀਆਂ ਇਹੋ ਹੋਆ ਹਲੇਮੀ ਰਾਜ, ਉਹ ਹਲੇਮੀ ਰਾਜ ਜਿੱਥੇ ਸਾਰਿਆਂ ਨੂੰ ਨਿਆ ਮਿਲੇ। ਹੁਣ ਰਾਜ ਹੈ ਸਨਾਤਨ ਮਤੀਆਂ ਦਾ, ਹਿੰਦੂ ਵੀਰਾਂ ਦਾ,
ਡੈਮੋਕ੍ਰੇਸੀ ਹੈ ਵੈਸੇ, ਉਹਨਾਂ ਦੇ ਸਿਰ ਜ਼ਿਆਦੇ ਨੇ ਵੋਟਾਂ ਜ਼ਿਆਦੀਆਂ ਨੇ, ਉਹਨਾਂ ਦਾ ਰਾਜ ਹੈ। ਤੇ ਹੁਣ ਮੈਂ ਇੱਕ ਬਚਨ ਕਰਨਾ ਚਾਹੁੰਦਾ ਹਾਂ, ਮੇਰੇ ਹਿੰਦੂ ਵੀ ਰਹਿੰਦੇ ਨੇ, ਮੋਦੀ ਜੀ ਦਾ ਰਾਜ ਰਾਮ ਰਾਜ ਹੈ। ਫਿਰ ਇੱਦਾਂ ਕਰੋ, ਜਦੋਂ ਸਾਡਾ ਖਾਲਸੇ ਦਾ ਰਾਜ ਸੀ, ਅਸੀਂ ਤੁਹਾਡੇ ਮੰਦਿਰ ਛਡਾ ਕੇ ਵੀ ਦਿੱਤੇ ਤੇ ਬਣਾ ਕੇ ਵੀ ਦਿੱਤੇ, ਸਾਡਾ ਗੁਰਦੁਆਰਾ ਹਰ ਕੀ ਪੌੜੀ ਹਰਿਦੁਆਰ ਪਾਂਡਿਆਂ ਨੇ ਕਬਜ਼ੇ ਚ ਲਿਆ, ਉੱਥੇ ਮੰਦਿਰ ਬਣਾਤਾ, ਸਰਕਾਰੀ ਦਫ਼ਤਰ ਬਣਾਤਾ। ਸਾਡਾ ਗੁਰਦੁਆਰਾ ਡੌਂਗਮਾਰ ਸਿੱਕਿਮ ਦੇ ਵਿੱਚ ਗੈਰ ਸਿੱਖਾਂ ਨੇ ਕਬਜ਼ੇ ਚ ਲੈ ਲਿਆ ਹੈ। ਸਾਡਾ ਗੁਰਦੁਆਰਾ ਮੰਗੂ ਮੱਠ ਪੁਰੀ ਦੇ ਵਿੱਚ ਗੈਰ ਸਿੱਖਾਂ ਨੇ ਕਬਜ਼ੇ ਚ ਲੈ ਲਿਆ ਹੈ, ਉਹ ਛਡਾ ਕੇ ਦਿਓ। ਤੇ ਉੱਥੇ ਅਸੀਂ ਵੀ ਗੁਰਦੁਆਰਾ ਸਾਹਿਬ ਉਸਾਰਨੇ ਨੇ। ਤੁਹਾਨੂੰ ਤੁਹਾਡੇ ਰਾਮ ਮੰਦਿਰ ਦੀਆਂ ਵਧਾਈਆਂ, ਬਹੁਤ ਵੱਡੇ ਅਵਤਾਰ ਹੋਏ ਨੇ ਮਹਾਂਪੁਰਸ਼ ਸ੍ਰੀ ਰਾਮ ਚੰਦਰ ਜੀ, ਸਮੇਂ ਦੇ ਅਵਤਾਰ। ਏਦਾਂ ਹੀ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਅਵਤਾਰ ਨੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਹਨਾਂ ਦੇ ਸਥਾਨ ਵੀ ਸਾਨੂੰ ਦਿਓ। ਤੇ ਖਾਲਸਾ ਪੰਥ ਲਈ ਵੀ ਵਧਾਈ ਬਣ ਜੇ, ਜਿੱਦਾਂ ਅੱਜ ਤੁਹਾਡੇ ਲਈ ਵਧਾਈ ਬਣੀ ਹੈ। ਤੋ ਇੱਕ ਵਾਰ ਫਿਰ ਮੈਂ ਬੇਨਤੀ ਕਰਨਾ ਚਾਹੁੰਦਾ, ਕਈ ਵਾਰ ਨਾ ਸਾਡੀ ਕੌਮ ਚ ਬਹੁਤ ਰੌਲਾ ਪਾਇਆ ਜਾਂਦਾ ਜੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੱਥੇ ਨਹੀਂ ਜਾਣਾ ਚਾਹੀਦਾ, ਉੱਥੇ ਨਹੀਂ ਜਾਣਾ ਚਾਹੀਦਾ। ਮੈਂ ਵੈਸੇ ਸੋਚਦਾ ਹੁੰਦਾ ਹਰ ਜਗ੍ਹਾ ਜਾਓ, ਪਰ ਆਪਣੇ ਹੱਕ ਦੀ ਗੱਲ ਇੱਕ ਵਜਾ ਕੇ ਕਰੋ, ਅਗਲਿਆਂ ਨੂੰ ਵੀ ਵਧਾਈ ਦਿਓ ਤੇ ਅਗਲਿਆਂ ਨੂੰ ਇਹ ਵੀ ਦੱਸੋ ਵੀ ਤੁਹਾਡੇ ਮੰਦਿਰ ਇਸ ਕਰਕੇ ਅੱਜ ਪ੍ਰਫੁੱਲਤ ਨੇ ਕਿਉਂਕਿ ਖਾਲਸਾ ਰਾਜ ਆਇਆ ਤੇ ਤੁਹਾਡੇ ਮੰਦਿਰਾਂ ਨੂੰ ਸੋਨੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਮੜਿਆ। ਤੇ ਜੇ ਅੱਜ ਤੁਹਾਡਾ ਰਾਜ ਹੈ, ਇਹ ਆਪਣੀ ਸਾਂਝ ਜਿਹੜਾ ਆਂਦੇ ਜੇ ਨਾ 9 ਮਾਸ ਦਾ ਰਿਸ਼ਤਾ, ਇਹਨੂੰ ਨਿਭਾ ਕੇ ਵਿਖਾਓ, ਸਾਡੇ ਗੁਰਦੁਆਰੇ ਵੀ ਸਾਨੂੰ ਦਿਓ, ਕਿਉਂ ਧੱਕਾ ਕਰਦੇ ਹੋ? ਬਾਕੀ ਮੈਂ ਤਰਲਾ ਨਹੀਂ ਕਿਸੇ ਦਾ ਲੈਂਦਾ ਹੁੰਦਾ, ਸਮੇਂ ਆਉਂਦੇ ਜਾਂਦੇ ਰਹਿੰਦੇ ਨੇ। ਕਦੇ ਸਾਡਾ ਰਾਜ ਸੀ, ਅਸੀਂ ਚੰਮ ਦੀਆਂ ਚਲਾਈਆਂ, ਅੱਜ ਇਹਨਾਂ ਦਾ ਰਾਜ ਆ, ਇਹ ਚਲਾਉਂਦੇ ਨੇ। ਕਦੇ ਸਾਡਾ ਦਾ ਲੱਗਿਆ ਤੇ ਅਸੀਂ ਚੰਮ ਦੀਆਂ ਚਲਾਵਾਂਗੇ।